ਟੀਵੀ ਤੇ ਜਲੰਧਰ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਵੱਖਰੀ ਘਟਨਾ ਵਾਪਰੀ ਹੈ। ਇੱਕ ਕੈਮਿਸਟ ਦੀ ਦੁਕਾਨ ਤੋਂ ਦਿਨ ਦਿਹਾੜੇ ਲੁੱਟ ਹੋਈ, ਔਰ ਇਹ ਕੈਮਿਸਟ ਦੀ ਦੁਕਾਨ ਕੋਈ ਆਮ ਨਹੀਂ, ਜਲੰਧਰ ਵਾਸੀ ਇਹਨੂੰ ਬਖੂਬੀ ਜਾਣਦੇ ਨੇ। ਇੰਪੀਰੀਅਲ ਮੈਡੀਕਲ ਹਾਲ ਬਹੁਤ ਮਸ਼ਹੂਰ ਦੁਕਾਨ ਹੈ ਜਲੰਧਰ ਦੀ, ਕੈਮਿਸਟ ਦੀ ਦੁਕਾਨ ਹੈ, ਦਵਾਈਆਂ ਦੀ ਦੁਕਾਨ ਹੈ, ਜਿੱਥੋਂ ਕੁਛ ਸਮਾਂ ਪਹਿਲਾਂ ਯਾਨੀ ਕਿ ਦਿਨ ਦਿਹਾੜੇ ਅੱਜ ਦੇ ਦਿਨ ਹੀ ਦਿਨ ਵੇਲੇ ਉਜਾਲੇ ਵੇਲੇ ਉੱਥੋਂ ਲੁੱਟ ਹੋਈ ਹੈ। ਦੁਕਾਨ ਤੋਂ ਤਕਰੀਬਨ 45,000 ਤੋਂ ਵੱਧ ਕੈਸ਼ ਜਿਹੜਾ ਉਹ ਲੁਟੇਰੇ ਲੁੱਟ ਕੇ ਲੈ ਗਏ ਨੇ, ਔਰ ਹਥਿਆਰਾਂ ਦੀ ਨੋਕ 'ਤੇ ਇਹ ਲੁੱਟ ਕੀਤੀ ਜਾਂਦੀ ਹੈ। ਇੰਪੀਰੀਅਲ ਮੈਡੀਕਲ ਹਾਲ ਜਿਹੜਾ ਜਲੰਧਰ ਦੇ ਸਭ ਤੋਂ ਵਿਅਸਤ ਇਲਾਕਾ ਕੰਪਨੀ ਬਾਗ ਚੌਂਕ 'ਤੇ ਸਥਿਤ ਹੈ, ਕੰਪਨੀ ਬਾਗ ਚੌਂਕ ਸਥਿਤ ਇਸ ਦੁਕਾਨ ਤੋਂ ਅੱਜ ਦਿਨ ਦਿਹਾੜੇ ਤੁਸੀਂ ਦੇਖ ਸਕਦੇ ਹੋ ਕਿ ਲੁੱਟ ਕੀਤੀ ਗਈ ਹੈ। ਹਥਿਆਰਾਂ ਦੇ ਬਲ 'ਤੇ ਇੱਥੋਂ ਲੁੱਟ ਕੀਤੀ ਗਈ ਹੈ, ਔਰ ਜਿਹੜੇ ਕਿਰਪਾਨਾਂ ਦਾ ਇਸਤੇਮਾਲ ਕੀਤਾ ਗਿਆ ਲੁਟੇਰਿਆਂ ਦੇ ਵੱਲੋਂ, ਕਿਰਪਾਨਾਂ ਦੇ ਜ਼ਰੀਏ ਦੁਕਾਨਦਾਰਾਂ ਦੇ ਦੁਕਾਨਦਾਰ ਮਾਲਕ ਕੋਲ ਗਏ ਔਰ ਧਮਕਾ ਕੇ ਉਹਦੇ ਕੋਲੋਂ 45,000 ਤੋਂ ਵੱਧ ਦੀ ਨਕਦੀ ਜਿਹੜੀ ਹੈ ਉਹ ਬਰਾਮਦ ਕਰਕੇ ਲੁਟੇਰੇ ਉੱਥੋਂ ਦੀ ਨਿਕਲ ਜਾਂਦੇ ਨੇ। ਤਾਂ ਇਸ ਵੇਲੇ ਦੇ ਆਪਣੇ ਆਪ ਦੇ ਵਿੱਚ ਵੱਖਰੀ ਘਟਨਾ, ਜਲੰਧਰ ਦਾ ਸਭ ਤੋਂ ਵਿਅਸਤ ਇਲਾਕਾ ਹੋਵੇ, ਸਭ ਤੋਂ ਮਸ਼ਹੂਰ ਦੁਕਾਨ ਹੋਵੇ। ਹਾਲਾਂਕਿ ਗਣੀਮਤ ਇਹ ਰਹੀ ਕਿ ਦੁਕਾਨ ਦੇ ਵਿੱਚ ਉਸ ਵੇਲੇ ਕੋਈ ਵੀ ਗ੍ਰਾਹਕ ਜਿਹੜਾ ਉਹ ਮੌਜੂਦ ਨਹੀਂ ਸੀਗਾ। ਅਮੂਮਨ ਜਿਹੜੇ ਜਲੰਧਰ ਦੇ ਲੋਕ ਨੇ ਉਹ ਇਸ ਦੁਕਾਨ ਦੇ ਬਾਰੇ ਜਾਣਦੇ ਨੇ ਕਿ ਇੱਥੇ ਹਮੇਸ਼ਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਦਵਾਈਆਂ ਲੈਣ ਆਉਂਦੇ ਨੇ, ਵੱਡੀ ਤਾਦਾਦ ਦੇ ਵਿੱਚ ਇੱਥੇ ਗ੍ਰਾਹਕ ਜਿਹੜੇ ਇਸ ਦੁਕਾਨ 'ਤੇ ਹੁੰਦੇ ਹੀ ਨੇ। ਪਰ ਜਿਸ ਵੇਲੇ ਲੁੱਟ ਹੋਈ ਹੈ ਉਸ ਵੇਲੇ ਕੋਈ ਗ੍ਰਾਹਕ ਤਾਂ ਨਹੀਂ ਸੀਗਾ, ਪਰ ਦੁਕਾਨ ਦੇ ਮਾਲਕ, ਦੁਕਾਨ ਦਾ ਜਿਹੜਾ ਬਾਕੀ ਸਟਾਫ ਸੀਗਾ ਉਹ ਉੱਥੇ ਸੀਗਾ। ਜ਼ਿਆਦਾ ਜਾਣਕਾਰੀ ਲੈ ਲੈਂਦੇ ਹਾਂ ਮੇਰੇ ਸਹਿਯੋਗੀ ਸੁਰਿੰਦਰ ਕੰਬੋਜ ਤੋਂ, ਜਲੰਧਰ ਦੇ ਸਹਿਯੋਗੀ ਨੇ। ਸੁਰਿੰਦਰ, ਬੜੀ ਮਸ਼ਹੂਰ ਦੁਕਾਨ ਹੈ, ਬੜਾ ਵਿਅਸਤ ਇਲਾਕਾ, ਔਰ ਇਸ ਇਲਾਕੇ ਦੇ ਵਿੱਚੋਂ ਇਸ ਤਰ੍ਹਾਂ ਦੀ ਲੁੱਟ, ਕੈਮਿਸਟ ਦੀ ਦੁਕਾਨ ਤੋਂ ਲੁੱਟ, ਇਹ ਆਪਣੇ ਆਪ ਦੇ ਵਿੱਚ ਵੱਖਰੀ ਘਟਨਾ ਦੇਖਣ ਨੂੰ ਮਿਲ ਰਹੀ ਹੈ, ਔਰ ਦਿਨ ਦਿਹਾੜੇ ਇਹੋ ਜਿਹੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ? ਬਿਲਕੁਲ ਰਮੇਸ਼, ਚਿੱਟੇ ਦਿਨ ਲੁੱਟ ਹੋਈ ਹੈ, ਕਿਉਂਕਿ 3:30 ਵਜੇ ਦੇ ਕਰੀਬ ਸਮਾਂ ਸੀ ਜਦੋਂ ਦੋ ਸ਼ਖਸ ਜਿਹੜੇ ਦੋ ਲੁਟੇਰੇ ਆਉਂਦੇ ਹਥਿਆਰ, ਉਹਨਾਂ ਕੋਲ ਤੇਜ਼ਧਾਰ ਹਥਿਆਰ ਸੀਗੇ। ਇੱਕ ਸ਼ਖਸ ਪਹਿਲਾਂ ਆਉਂਦਾ ਆ ਔਰ ਉਹ ਕਾਊਂਟਰ ਦੇ ਉੱਪਰ ਉਹਨਾਂ 'ਤੇ ਅਟੈਕ ਕਰਦਾ, ਦਾਤਰ ਜਿਹੜਾ ਉਹਦੇ ਕੋਲ ਫੜਿਆ ਸੀ ਉਹਦੇ ਨਾਲ ਅਟੈਕ ਕਰਦਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਉਹਦੇ 'ਚ ਗੋਲ ਚੱਕਰ ਵੀ ਬਣਾਇਆ ਹੋਇਆ ਜਿੱਥੇ ਉਸ ਦਾਤਰ ਦਾ ਨਿਸ਼ਾਨ ਲੱਗਿਆ ਹੈਗਾ। ਔਰ ਉਸ ਤੋਂ ਬਾਅਦ ਦੂਸਰਾ ਜਿਹੜਾ ਨਾਲ ਦਾ ਉਹਦਾ ਸਾਥੀ ਸੀਗਾ ਉਹ ਵੀ ਮੁੜ ਉਹਦੇ ਮਗਰ ਹੀ ਆ ਜਾਂਦਾ, ਜਿੱਦਾਂ ਕਿ ਦੋਨਾਂ ਨੇ ਮੂੰਹ ਆਪਣੇ ਢੱਕੇ ਹੋਏ ਸੀਗੇ, ਲਪੇਟੇ ਹੋਏ ਸੀਗੇ, ਔਰ ਆਉਂਦੇ ਹੀ ਗੱਲੇ ਦੇ ਵਿੱਚੋਂ ਜਿਹੜੀ ਪਈ ਨਕਦੀ ਸੀਗੀ ਉਹ ਲੈ ਕੇ ਦੋਨੇ ਉੱਥੋਂ ਫਰਾਰ ਹੋ ਜਾਂਦੇ। ਹਾਂ, ਇੰਨੀ ਜ਼ਰੂਰ ਗੱਲ ਕਹਿ ਕੇ ਜਾਂਦੇ ਆ ਦੁਕਾਨਦਾਰ ਨੂੰ ਜਿਹੜਾ ਮਾਲਕ ਹੈਗਾ ਵੀ ਜੇ ਸਾਡਾ ਪਿੱਛਾ ਕੀਤਾ ਤੈਨੂੰ ਗੋਲੀ ਮਾਰ ਦਿਆਂਗੇ। ਇੰਨੀ ਗੱਲ ਉਹਨਾਂ ਵੱਲੋਂ ਜ਼ਰੂਰ ਕਹੇਗੀ ਜੋ ਦੁਕਾਨਦਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸੀ ਗਿਆ। ਰਹੀ ਗੱਲ ਕੰਪਨੀ ਬਾਗ ਚੌਂਕ ਦੀ ਜਿੱਥੇ ਲੁੱਟ ਹੋਈ ਆ, ਕਿਤੇ ਦਿਨ ਲੁੱਟ ਹੋਈ ਆ ਔਰ ਵਿਅਸਤ ਇਲਾਕਾ, ਕਾਫੀ ਭੀੜ ਭਾੜ ਵਾਲਾ ਇਲਾਕਾ। ਬਿਲਕੁਲ ਸੁਰਿੰਦਰ, ਵਿਅਸਤ ਇਲਾਕਾ ਤੇ ਹੈ ਹੀ ਹੈ। ਜਲੰਧਰ ਦੇ ਲੋਕ ਬਖੂਬੀ ਜਾਣਦੇ ਨੇ ਕਿ ਇਸ ਬਿਲਕੁਲ 100 ਮੀਟਰ ਜਾਂ 50 ਮੀਟਰ ਦੂਰੀ ਤੇ ਅਕਸਰ ਇੱਥੇ ਨਾਕਾ ਲੱਗਿਆ ਰਹਿੰਦਾ ਹੈ, ਪੁਲਿਸ ਦੀ ਕੋਈ ਨਾ ਕੋਈ ਗੱਡੀ ਕੰਪਨੀ ਬਾਗ ਚੌਂਕ ਤੇ ਖੜੀ ਰਹਿੰਦੀ ਹੈ ਜਿੱਥੇ ਇਹ ਦੁਕਾਨ ਹੈ, ਫਿਰ ਵੀ ਇੰਨੀ ਵੱਡੀ ਘੰਟਰਾਂ ਨੂੰ ਅੰਜਾਮ ਕਿਵੇਂ ਲੁਟੇਰੇ ਦੇ ਗਏ? ਦੇਖੋ ਦੇਖੋ ਰਿਮਾਸ਼ੂ, ਇਸ ਗੱਲ ਨਾਲ ਕੋਈ ਡਿਨਾਈ ਨਹੀਂ ਕਰ ਸਕਦੇ ਕਿ ਪੁਲਿਸ ਦੀ ਗੱਡੀ ਕੰਪਨੀ ਬਾਗ ਚੌਂਕ ਜਿਹੜਾ ਹੈਗਾ ਉੱਥੇ ਤਕਰੀਬਨ ਦਿਨ ਦੇ ਸਮੇਂ ਵੀ ਰਾਤ ਦੇ ਸਮੇਂ ਵੀ ਉੱਥੇ ਖੜੀ ਰਹਿੰਦੀ ਹੈ, ਪਰ ਕਿਤੇ ਨਾ ਕਿਤੇ ਹੌਸਲੇ ਬੁਲੰਦ ਵਾ ਜਾਂ ਰੇਕੀ ਕੀਤੀ ਗਈ ਹੈ ਪਹਿਲਾਂ, ਫਿਰ ਉਸ ਤੋਂ ਬਾਅਦ ਘਟਨਾ ਨੂੰ ਅੰਜਾਮ ਦਿੱਤਾ ਗਿਆ, ਕਿਉਂਕਿ ਇੱਕ ਹੱਬ ਹੈ ਦਿਲਕੁਸ਼ਾ ਮਾਰਕੀਟ, ਵੱਡਾ ਹੱਬ ਹੈ ਦਵਾਈਆਂ ਦੀ ਮਾਰਕੀਟ ਹੈਗੀ ਆ, ਉਹ ਬਿਲਕੁਲ ਉਹਦੇ ਬਿਲਕੁਲ ਸਾਹਮਣੇ 4-5 ਦੁਕਾਨਾਂ ਹੈਗੀਆਂ। ਇੰਪੀਰੀਅਲ ਬਲੂ ਹੈਗੀ, ਸਿਟੀ ਮੈਡੀਕਲ ਹਾਲ ਹੈਗਾ, ਹੋਰ ਇੰਪੀਰੀਅਲ ਬਲੂ 2-3 ਤਰ੍ਹਾਂ ਦੀਆਂ ਦੁਕਾਨਾਂ ਹੈਗੀਆਂ, ਔਰ ਸਿਰਫ ਇੱਕੋ ਦੁਕਾਨ ਨੂੰ ਟਾਰਗੇਟ ਕੀਤਾ ਗਿਆ ਕਿ ਇਸੇ ਦੁਕਾਨ ਤੇ ਚੱਲਦੇ ਆ, ਇੱਥੋਂ ਹੀ ਸਾਨੂੰ ਜੋ ਮਿਲ ਸਕਦਾ ਮਿਲ ਸਕਦਾ, ਅਦਰ ਦੁਕਾਨਾਂ ਜਿਹੜੀਆਂ ਹੈਗੀਆਂ ਉੱਥੋਂ ਨਹੀਂ ਮਿਲ ਸਕਦਾ, ਜਾਂ ਉੱਥੇ ਸਟਾਫ ਜ਼ਿਆਦਾ ਹੋ ਸਕਦਾ, ਜਾਂ ਉੱਥੇ ਗ੍ਰਾਹਕ ਹੈਗੇ ਨੇ। ਪਹਿਲਾਂ ਰੇਕੀ ਕੀਤੀ ਗਈ, ਰੇਕੀ ਕਰਨ ਤੋਂ ਬਾਅਦ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸੀਸੀਟੀਵੀ ਕੈਮਰਾ ਸੀਗੇ ਸੁਰਿੰਦਰ ਉੱਥੇ? ਬਿਲਕੁਲ,
ਜੋ ਦੁਕਾਨ ਦੇ ਸੀਸੀਟੀਵੀ ਵੀ ਲੱਗੇ ਹੈਗੇ ਆਸ ਪਾਸ ਜੇ ਗੱਲ ਕਰਾਂ ਤੇ ਜਿਹੜੇ ਪੁਲਿਸ ਕਮਿਸ਼ਨਰ ਦਾ ਜਿਹੜਾ ਇਲਾਕਾ ਹੈਗਾ ਜਿਹੜੇ ਸਮਾਰਟ ਸਿਟੀ ਦੇ ਤਹਿਤ ਕੈਮਰੇ ਲਗਾਏ ਹੈਗੇ ਉਹ ਵੀ ਲੱਗੇ ਹੈਗੇ ਬਟ ਦੁਕਾਨ ਦੇ ਜਿਹੜੇ ਕੈਮਰੇ ਹੈਗੇ ਆ ਉਹ ਕੰਮ ਨਹੀਂ ਕਰਦੇ ਪਏ ਪਰ ਕੁਝ ਦੇਰ ਦੇ ਵਿੱਚ ਅਸੀਂ ਸੀਸੀਟੀਵੀ ਵੀ ਪ੍ਰੋਵਾਈਡ ਕਰਾਂਗੇ ਆਪਣੇ ਦਰਸ਼ਕਾਂ ਨੂੰ ਬਤਾਵਾਂਗੇ ਪਰ ਇੱਕ ਗੱਲ ਵੱਡੀ ਸੋਚਣ ਵਾਲੀ ਇਹ ਹੈਗੀ ਆ ਕਿ ਉਸ ਵੇਲੇ ਪੁਲਿਸ ਕਿੱਥੇ ਗਈ ਸੀ ਕਿ 3:30-4 ਵਜੇ ਦੇ ਕਰੀਬ ਜਿਹੜੀ ਉੱਥੇ ਅਕਸਰ ਦੇਖਣ ਨੂੰ ਮਿਲਦੀ ਆ ਗੱਡੀ ਖੜੀ ਹੁੰਦੀ ਆ ਹੋਰ ਪੁਲਿਸ ਕਰਮਚਾਰੀ ਵੀ ਉੱਥੇ ਅਕਸਰ ਚਲਾਨ ਕੱਟਦੇ ਹੋਏ ਦੇਖੇ ਜਾਂਦੇ ਆ ਤਕਰੀਬਨ ਦਿਨ ਦੇ ਸਮੇਂ ਤਾਂ ਹੁੰਦੇ ਹੀ ਹੁੰਦੇ ਟ੍ਰੈਫਿਕ ਪੁਲਿਸ ਵਾਲੇ ਵੀ ਹੁੰਦੇ ਆ ਜਲੰਧਰ ਦੇ ਸਭ ਤੋਂ ਬਿਜ਼ੀ ਇਲਾਕੇ ਤੋਂ ਲੁੱਟ ਹੋ ਜਾਣੀ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ ਪੈਸੇ ਜਬਰਨ ਲੈ ਕੇ ਉੱਥੋਂ ਨਿਕਲ ਜਾਣਾ ਕੋਈ ਡਰ ਨਹੀਂ ਕੋਈ ਖੌਫ ਨਹੀਂ ਰਿਹਾ ਲੁਟੇਰਿਆਂ ਨੂੰ ਵੀ ਇਹ ਘਟਨਾ ਤੇ ਇਸ ਕਰਕੇ ਸਾਨੂੰ ਇਹ ਲੱਗ ਰਿਹਾ ਕਿ ਚਾਹੇ ਬੇਸ਼ੱਕ ਅਮਾਊਂਟ ਜਿਹੜਾ ਬਹੁਤ ਘੱਟ ਸੀਗਾ ਪਰ ਜਿਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਇੰਨੇ ਵੱਡੇ ਸ਼ਹਿਰ ਜਲੰਧਰ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਦੇਣਾ ਇਹ ਲਾਅ ਐਂਡ ਆਰਡਰ ਦੀ ਸਥਿਤੀ ਦਾ ਬਹੁਤ ਸਵਾਲ ਉੱਠ ਰਹੇ ਨੇ ਬਿਲਕੁਲ ਲਾਅ ਐਂਡ ਆਰਡਰ ਦੀ ਸਥਿਤੀ ਤੇ ਸਵਾਲ ਤਾਂ ਉੱਠਣਾ ਤਾਂ ਲਾਜ਼ਮੀ ਹੈਗਾ ਕਿਉਂਕਿ ਇੱਕ ਤਾਂ ਇਹਨਾਂ ਨੇ ਪਰਟੀਕੂਲਰ ਇੱਕ ਸਮਾਂ ਚੂਜ਼ ਕੀਤਾ ਹੈਗਾ 3:30-4 ਵਜੇ ਦੇ ਵਿੱਚ ਜਦ ਉਹਨਾਂ ਨੇ ਸੋਚਣ ਵੀ ਜਿਹੜੇ ਪੁਲਿਸ ਕਰਮੀ ਆ ਆਪਣਾ ਲੰਚ ਵਗੈਰਾ ਕਰਨ ਜਾਂਦੇ ਹੋਣਗੇ ਜਿਹੜੇ ਦੁਕਾਨ ਦੇ ਸਟਾਫ ਦੇ ਮੈਂਬਰ ਆ ਅੱਧਾ ਸਟਾਫ ਹੋਏਗਾ ਅੱਧਾ ਸਟਾਫ ਆਪਣਾ ਲੰਚ ਕਰਨ ਗਿਆ ਹੋਗਾ ਪਰਟੀਕੂਲਰ ਉਹਨਾਂ ਨੇ ਇਹ ਸਮਾਂ ਚੁਣਿਆ ਹੈਗਾ ਜਦੋਂ ਪੂਰੀ ਰੇਕੀ ਕੀਤੀ ਹੋਈ ਸੀਗੀ ਪੂਰੀ ਜਾਣਕਾਰੀ ਸੀਗੀ ਉਹਨਾਂ ਨੂੰ ਕਿ ਸੀਸੀਟੀਵੀ ਨਹੀਂ ਹੈਗੇ ਹਾਂ ਬਿਲਕੁਲ ਜਾਣਕਾਰੀ ਪੂਰੀ ਤਸੱਲੀ ਨਾਲ ਉਹਨਾਂ ਨੇ ਇਕੱਠੀ ਕੀਤੀ ਆ ਇਕੱਠੀ ਕਰਨ ਤੋਂ ਬਾਅਦ ਹੀ ਘਟਨਾ ਨੂੰ ਅੰਜਾਮ ਦਿੱਤਾ ਔਰ ਇਹ ਵੀ ਨਾਲ ਉਹਨਾਂ ਨੇ ਨੋਟ ਕੀਤਾ ਕਿ ਅਸੀਂ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲਣਾ ਕਿੱਧਰ ਨੂੰ ਆ ਇਸ ਚੀਜ਼ ਨੂੰ ਵੀ ਉਹਨਾਂ ਨੇ ਨੋਟ ਕੀਤਾ ਔਰ ਜੋ ਜਦੋਂ ਘਟਨਾ ਨੂੰ ਮੋਟਰਸਾਈਕਲ ਤੇ ਆਏ ਸੀਗੇ ਬਿਲਕੁਲ ਮੋਟਰਸਾਈਕਲ ਤੇ ਆਏ ਸੀ ਬਾਈਕ ਤੇ ਆਏ ਸੀਗੇ ਜੋ ਹਜੇ ਤੱਕ ਜਾਣਕਾਰੀ ਮਿਲੀ ਹੈ ਨਕਾਬ ਪੋਸ਼ ਸੀਗੇ ਜਲੰਧਰ ਦੇ ਕੰਪਨੀ ਬਾਗ ਚੌਂਕ ਸਥਿਤ ਬਹੁਤ ਮਸ਼ਹੂਰ ਕੈਮਿਸਟ ਦੀ ਦੁਕਾਨ ਹੈ ਦਵਾਈਆਂ ਦੀ ਦੁਕਾਨ ਹੈ ਇੰਪੀਰੀਅਲ ਮੈਡੀਕਲ ਹਾਲ ਜਿਸ ਦੁਕਾਨ ਦਾ ਨਾਮ ਹੈ ਜਲੰਧਰ ਦੇ ਲੋਕ ਤਾਂ ਇਹਨੂੰ ਬਖੂਬੀ ਇਸ ਦੁਕਾਨ ਨੂੰ ਜਾਣਦੇ ਨੇ ਇਸ ਦੁਕਾਨ ਬਾਰੇ ਜਾਣਦੇ ਹੋਣਗੇ ਜਿਹੜੇ ਲੋਕ ਸਾਨੂੰ ਬਾਕੀ ਇਲਾਕਿਆਂ ਤੋਂ ਹਿੱਸਿਆਂ ਤੋਂ ਵੀ ਦੇਖ ਰਹੇ ਨੇ ਪੰਜਾਬ ਦੇ ਜਾਂ ਦੁਨੀਆਂ ਦੇ ਉਹਨਾਂ ਨੂੰ ਵੀ ਦੱਸ ਦਈਏ ਕਿ ਬੜੀ ਵੱਡੀ ਮੈਡੀਕਲ ਦੀ ਦੁਕਾਨ ਆ ਬੜੀ ਵਿਅਸਤ ਇਹ ਦੁਕਾਨ ਰਹਿੰਦੀ ਹੈ ਉੱਥੋਂ ਦੀ ਅੱਜ 3:30-4 ਵਜੇ ਦੇ ਕਰੀਬ ਦੋ ਲੁਟੇਰਿਆਂ ਨੇ ਮੂੰਹ ਢੱਕ ਕੇ ਹਥਿਆਰਾਂ ਦੇ ਬਲ 'ਤੇ ਹਥਿਆਰ ਕਿਹੜੇ ਸੀਗੇ ਉਹਨਾਂ ਦੇ ਕੋਲ ਕਿਰਪਾਨਾਂ ਦਾਤਰ ਸੀਗੇ ਉਹਨਾਂ ਦੇ ਬਲ 'ਤੇ ਇਸ ਦੁਕਾਨ ਤੋਂ ਲੁੱਟ ਕੀਤੀ ਦੁਕਾਨ ਦੇ ਵਿੱਚ ਦੁਕਾਨ ਦੇ ਮਾਲਕ ਮੌਜੂਦ ਸੀਗੇ ਹੋਰ ਸਟਾਫ ਮੌਜੂਦ ਸੀਗਾ ਜਿਨ੍ਹਾਂ ਦੇ ਕੋਲੋਂ ਹਥਿਆਰ ਦਿਖਾ ਕੇ ਤਕਰੀਬਨ 45-48 ਹਜ਼ਾਰ ਰੁਪਏ ਦੇ ਕਰੀਬ ਜਿਹੜੀ ਹੈ ਪੈਸਿਆਂ ਦੀ ਲੁੱਟ ਕੀਤੀ ਗਈ ਔਰ ਉੱਥੋਂ ਬੇਖੌਫ ਹੋ ਕੇ ਜਿਹੜੇ ਲੁਟੇਰੇ ਸੀਗੇ ਉੱਥੋਂ ਭੱਜਦੇ ਨੇ ਮੋਟਰਸਾਈਕਲ 'ਤੇ ਔਰ ਕੋਈ ਵੀ ਉਹਨਾਂ ਦਾ ਬਾਲ ਵੀ ਬਾਂਕਾ ਨਹੀਂ ਕਰ ਪਾਉਂਦਾ ਔਰ ਇਹ ਉਹ ਇਲਾਕਾ ਹੈ ਜਿੱਥੇ 50 ਮੀਟਰ ਦੀ ਦੂਰੀ 'ਤੇ ਹੀ ਪੁਲਿਸ ਦੀ ਗੱਡੀ ਵੀ ਅਕਸਰ ਖੜ੍ਹੀ ਰਹਿੰਦੀ ਹੈ ਬਹੁਤ ਵਿਅਸਤ ਇਲਾਕਾ ਇਹੋ ਜਿਹੇ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਲੁੱਟ ਹੋਈ ਹੈ ਦੁਕਾਨ ਦੇ ਮਾਲਕ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਹਾਂ ਮਾਰੀ ਦੋ ਵਾਰੀ ਤੇ ਸਾਨੂੰ ਕਿਹਾ ਕਿ ਪਿੱਛੇ ਹੋ ਜਾਓ ਮੈਂ ਆਪਣੇ ਆਪ ਪਿੱਛੇ ਹੋ ਜਾਓ ਮੈਂ ਵਰਨਾ ਕਰ ਦੇਣਾ ਕੁਛ ਆਪਾਂ ਪਿੱਛੇ ਮੈਂ ਇੱਥੇ ਜਾ ਖੜਾ ਹੋ ਗਿਆ ਜੀ ਬਾਕੀ ਸਾਰੇ ਉੱਪਰ ਚਲੇ ਗਏ ਮੇਰੇ ਦੁਕਾਨ ਵਾਲੇ ਇੱਕ ਆਇਆ ਵਿੱਚੋਂ ਛੋਟੇ ਵਾਲਾ ਉਹਨੇ ਇੱਥੇ ਆ ਕੇ ਸਾਰਾ ਕੈਸ਼ ਕੱਢ ਲਿਆ ਅਤੇ ਕਰਕੇ ਚਲਾ ਗਿਆ ਮੈਂ ਇੱਥੇ ਤੱਕ ਜਦੋਂ ਆਇਆ ਉਹਨੂੰ ਫੜਦਾ ਹੋਇਆ ਉਹ ਇੱਥੇ ਬਾਹਰ ਖੜਾ ਸੀ ਮੈਨੂੰ ਕਹਿੰਦਾ ਮੇਰੇ ਕੋਲ ਪਿਸਤੌਲ ਹੈਗੀ ਹੈ ਅਤੇ ਕੀ ਕਹਿੰਦੇ ਆ ਮੈਨੂੰ ਚਲਾਉਣ 'ਤੇ ਮਜਬੂਰ ਨਾ ਕਰੀ
ਉਹ ਕਹਿ ਕੇ ਉਹ ਚਲਾ ਗਿਆ। ਪਹਿਲੇ ਵਾਲਾ ਨੇ ਅੱਗੇ ਬਾਹਰ ਜਾ ਕੇ ਬਾਈਕ ਸਟਾਰਟ ਕੀਤਾ ਅਤੇ ਦੂਜਾ ਜਾ ਕੇ ਬਹਿ ਕੇ ਦੌੜ ਗਿਆ ਮੇਰੇ। ਹਾਂ ਇਹ ਪਤਾ ਲੱਗਾ ਕਦ 'ਤੇ ਆਏ ਸੀਗੇ? ਬਾਈਕ 'ਤੇ ਸੀਗੇ ਜੀ। ਹਾਂ ਕੈਸ਼ ਕਿੰਨਾ ਕੁ ਸੀ ਸਰ? 40-45 ਹਜ਼ਾਰ ਸੀਗਾ ਜੀ। ਟੋਟਲ ਪਿੰਨੀ ਸੀਗੀ ਦੋ ਟੋਟਲ ਮੂੰਹ ਉਹਨਾਂ ਨੇ ਪੂਰੇ ਟੱਕੇ ਹੋਏ ਸੀ ਮਤਲਬ ਚੁੰਨੀ ਪੂਰੀ ਬੰਨੀ ਹੋਈ ਸੀ ਵੱਖਾਂ ਤੱਕ ਹੀ ਦਿਖਦੀ ਸੀ ਲੰਬੇ ਜੇ ਪਤਲੇ ਜੇ ਸੀਗੇ ਇੱਕ ਨੇ ਪੀਲਾ ਰੰਗ ਦਾ ਕੁੜਤਾ ਪਾਇਆ ਸੀ ਸਵਾ ਕੁ 6 ਫੁੱਟ ਦੀ ਹਾਈਟ ਹੋਣੀ ਉਹਦੀ ਤ
ਕੱਢੀ ਨਹੀਂ ਹੁੰਦੀ, ਉਹਨੇ ਕੱਢੀ ਨਹੀਂ ਕੱਢੀ ਜਾਂ 45,000 ਰੁਪਈਆ ਸੀ। ਹਾਂਜੀ, ਅੱਗੇ ਕਦੀ ਜ਼ਿਆਦਾ ਵੀ ਹੋ ਸਕਦਾ, ਅੱਗੇ ਕਦੀ ਦੇਖਿਆ ਨਹੀਂ ਅੱਜ ਤੱਕ ਨਹੀਂ। ਨਹੀਂ, ਇਹ ਡਾਇਰੈਕਟਰ ਤੁਹਾਡੇ ਇੱਕ ਦੁਕਾਨ ਦੇ ਅੰਦਰ ਆਏ ਸੀਗੇ ਜਾਂ ਫਿਰ ਉਸ ਤੋਂ ਪਹਿਲਾਂ ਵੀ? ਉਸ ਟਾਈਮ ਰਸ਼ ਨਹੀਂ ਸੀਗਾ ਤੇ ਉਹ ਖਾਲੀ ਸ਼ਾਇਦ ਦੁਕਾਨ ਦੇਖ ਕੇ ਆ ਗਏ ਹੋ, ਮੈਂ ਨਹੀਂ ਰਸ਼ ਤੋਂ ਪਹਿਲੇ ਇੱਦਾਂ ਦਾ ਬੰਦਾ ਵੀ ਦੇਖਿਆ। ਮਾਰਨ ਦੀ ਕੋਸ਼ਿਸ਼ ਕੀਤੀ ਜਾਂ ਇੱਥੇ ਹੀ ਮਾਰਿਆ ਕੱਲਾ ਉਹਨੇ? ਇੱਥੇ ਹੀ ਮਾਰਿਆ ਤੇ ਮੈਨੂੰ ਤਾਂ ਨਹੀਂ ਮਾਰਿਆ, ਬਟ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪੂਰੀ? ਦੁਕਾਨ 'ਚ ਕਿੰਨੇ ਲੇਬਰ ਸੀ ਉਦੋਂ? ਇਹੀ 5-7 ਲੋਕ। ਤੁਸੀਂ ਇੱਥੇ ਸੀ? ਇੱਥੇ ਬੈਠੇ? ਮੈਂ ਇੱਥੇ ਹੀ ਬੈਠਾ ਸੀ, ਇਸੀ ਸੀਟ 'ਤੇ ਬੈਠਾ ਸੀ ਤੇ ਨਾਲ ਉਹ ਬੰਦਾ ਬੈਠਾ ਸੀ। ਐਗਜ਼ੈਕਟਲੀ ਕਿੰਨੀ ਕੁ ਅਮਾਉਂਟ ਖੜੀ ਹੋਏਗੀ? ਅੰਦਾਜ਼ਾ 45,000। 2-4 ਦਿਨ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਨਾਲ ਜਾਂ ਕੋਈ ਗਾਲੀ ਗਲੋਚ? ਮੇਰੇ ਇਦਾਂ ਕੁਝ ਨਹੀਂ ਹੋਇਆ, ਮੇਰਾ ਅੱਜਕੱਲ ਤਾਂ ਕੁਝ ਨਹੀਂ ਹੋਇਆ ਮੇਰਾ। ਬਾਕੀ ਸਾਡੇ ਕੋਲ ਬਹੁਤ ਲੋਕ ਆਉਂਦੇ ਰਹਿੰਦੇ, ਸਾਡਾ ਡਿਟੇਲ ਕਾਊਂਟਰ ਹੈ, ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ, ਮੈਂ ਇਦਾਂ ਤਾਂ ਨਹੀਂ ਕਹਿ ਸਕਦਾ ਕਿਸੇ ਨੂੰ। ਨਹੀਂ, ਸੀਸੀਟੀਵੀ ਸਾਡੇ ਸਪਲੈਂਡਰ ਸੀਗਾ, ਸਪਲੈਂਡਰ ਟਾਈਪ ਕੋਈ ਸੀਗਾ, ਮੈਨੂੰ ਐਗਜ਼ੈਕਟਲੀ ਨਹੀਂ ਧਿਆਨ ਦਿੱਤਾ, ਮੈਂ ਨੰਬਰ ਨੋਟ ਕਰ ਲਿਆ ਸੀ। ਨਹੀਂ, ਕੈਮਰੇ ਨਹੀਂ ਚੱਲਦੇ। ਜਿਵੇਸ਼, ਇੱਕ ਮੈਨੂੰ ਇਹ ਜ਼ਰੂਰ ਦੱਸੋ, ਤੁਸੀਂ ਕਹਿ ਰਹੇ ਹੋ ਕਿ ਉਹ ਡਾਇਰੈਕਟ ਆਏ ਖਾਲੀ ਕਮਰਾ ਤੇ ਜਿਹੜਾ ਹੈਗਾ ਦੇਖ ਕੇ ਆਏ, ਆਉਂਦੇ ਸਾਰ ਉਹਨਾਂ ਨੇ ਪਹਿਲਾਂ ਤੁਹਾਨੂੰ ਧਮਕਾਇਆ ਜਾਂ ਕੀ? ਕਿਵੇਂ ਉਹ ਸਟਾਰਟ ਕਿਵੇਂ ਹੋਏ, ਮਤਲਬ ਥੋੜਾ ਦੱਸੋ। ਇੱਕ ਅੰਦਰ ਆਇਆ ਕਿ ਉਹਨੇ ਦੂਜੇ ਨੂੰ ਬੁਲਾਇਆ, ਅਸੀਂ ਤਾਂ ਇੱਦਾਂ ਹੀ ਬੈਠੇ ਸੀ, ਦੇਖੇ ਉਹਨੂੰ, ਉਹਨੇ ਇੱਕ ਨੀਲੇ ਜਿਹੇ ਲਿਫਾਫੇ 'ਚੋਂ ਇੱਕ ਨੇ ਗੰਡਾਸਾ ਕੱਢਿਆ, ਇੱਕ ਨੇ ਡੰਡਾ ਕੱਢਿਆ, ਉਹਨੇ ਕੱਢਿਆ ਐਂ ਕਰਕੇ ਤੇ ਮਾਰਿਆ ਇੱਥੇ ਡਾਇਰੈਕਟ 2 ਵਾਰੀ, ਵੱਡਾ ਵੱਡਾ ਆਹ ਦੇਖੋ 2 ਵਾਰੀ ਮਾਰਿਆ ਜੀ, ਦੇਖ ਸਕਦੇ ਹੋ ਤਾਂ। ਤੇ ਉੱਥੇ ਮਾਰ ਕੇ ਸਾਨੂੰ ਕਿਹਾ ਪਿੱਛੇ ਹੋ ਜਾਓ, ਆਪਣੇ ਆਪ ਸਾਨੂੰ ਕਰਨ ਦੋ ਜੋ ਕਰਨਾ ਆਪਾਂ, ਕਹਿ ਕਹਿ ਕੇ। ਉਸ ਤੋਂ ਬਾਅਦ ਪੈਸੇ ਕੱਢ ਕੇ ਲੈ ਗਏ? ਪੈਸੇ ਕੱਢ ਕੇ ਲੈ। ਪੁਲਿਸ ਕਿੰਨੇ ਟਾਈਮ ਤੱਕ ਆਈ ਜਦੋਂ ਤੁਸੀਂ ਕਾਲ ਕੀਤੀ? ਹਾਂਜੀ, ਨਾਲ ਹੀ 5 ਮਿੰਟ ਆ ਗਈ ਸੀ। ਮੈਂ ਨਾਲ ਬਾਹਰ ਕੋਈ ਰਿਪੋਰਟਰ ਸੀਗੇ, ਮੈਂ ਉਹ ਮੈਨੂੰ ਕਹਿੰਦੇ ਨਾਲ ਬਹਿ ਜਾਓ, ਤੇ ਮੈਂ ਚੱਲ ਪੈਂਦੇ ਆਪਾਂ ਐਕਟਿਵਾ ਤੇ ਬਹਿ ਕੇ ਉਹਨਾਂ ਨਾਲ ਚਲੇ ਗਿਆ, ਬਟ ਮੈਨੂੰ ਉਸ ਤੇ ਕੁਝ ਨਹੀਂ ਮਿਲਿਆ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।